ਸ੍ਰੀ ਅਕਾਲ ਦੋਸਤੋ ਚੈਨਲ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਦੁੱਖਦਾਈ ਖਬਰ ਆ ਰਹੀ ਆ ਪੀਐਮ ਮੋਦੀ ਦੇ ਜਿਗਰੀ ਯਾਰ ਦੀ ਮੌਤ ਤੇ ਭਾਜਪਾ ਤੋਂ ਸ਼ਾਇਆ ਸੋਗ ਦੇਸ਼ ਦਾ ਇਹ ਮੰਤਰੀ ਨਹੀਂ ਰਿਹਾ ਸੋ ਦੋਸਤੋ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤਾਂ ਜੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਸਕੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਆ ਮੋਦੀ ਤੇ ਵਾਜਪਈ ਦੇ ਜਿਗਰੀ ਯਾਰ ਬਾਰੇ ਜਾਣਕਾਰੀ ਅਨੁਸਾਰ ਸਾਬਕਾ ਭਾਜਪਾ ਨੇਤਾ ਜਸਵੰਤ ਸਿੰਘ ਦਾ ਦਿਹਾਂਤ ਹੋ ਗਿਆ ਜਸਵੰਤ ਸਿੰਘ ਅਟਲ ਬਿਹਾਰੀ ਵਾਜਪਈ ਸਰਕਾਰ ਦੇ ਵਿੱਚ ਰੱਖਿਆ ਮੰਤਰੀ ਰਹਿ ਚੁੱਕੇ ਹਨ ਦੱਸਦੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਸਵੰਤ ਸਿੰਘ ਦੇ ਚਲੇ ਜਾਣ ਤੇ ਅਫਸੋਸ ਜਤਾਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਸਵੰਤ ਸਿੰਘ ਦੇ ਚਲੇ ਜਾਣ ਤੇ ਟਵੀਟ ਕਰਦਿਆ ਕਿਹਾ ਹੈ ਕਿ ਜਸਵੰਤ ਸਿੰਘ ਨੇ ਸੈਨਿਕ ਤੌਰ ਤੇ ਪਹਿਲਾਂ ਸਾਡੇ ਦੇਸ਼ ਦੀ ਸੇਵਾ ਕੀਤੀ ਬਾਅਦ ਦੇ ਵਿੱਚ ਰਾਜਨੀਤੀ ਨਾਲ ਲੰਬੇ ਸਮੇਂ ਤੋਂ ਜੁੜੇ ਰਹਿਣ ਦੌਰਾਨ ਅਟਲ ਜੀ ਦੀ ਸਰਕਾਰ ਸਮੇਂ ਉਹਨਾਂ ਦੇ ਮਹੱਤਵਪੂਰਨ ਪੋਰਟਫੋਲੀਓ ਸੰਭਾਲਿਆ ਅਤੇ ਵਿੱਤ ਰੱਖਿਆ ਤੇ ਵਿਦੇਸ਼ ਮਾਮਲਿਆਂ ਵਿੱਚ ਮਜ਼ਬੂਤ ਛਾਪ ਛੱਡੀ ਮੈਂ ਉਹਨਾਂ ਦੇ ਅਚਾਨਕ ਚਲੇ ਜਾਣ ਤੋਂ ਬਹੁਤ ਦੁਖੀ ਹਾਂ ਸੋ ਦੋਸਤੋ ਜਸਵੰਤ ਸਿੰਘ ਦਾ ਜਨਮ 3 ਜਨਵਰੀ 1938 ਭਾਰਤ ਦੇ ਦਾਰਜਲਿੰਗ ਸੰਸਦੀ ਖੇਤਰ ਤੋਂ ਵਰਤਮਾਨ ਸੰਸਦਤ ਸਨ ਉਹ Rajasthan ਦੇ ਵਿੱਚ बाड़मेर ਦੇ ਜਸ਼ੋਲ ਪਿੰਡ ਦੇ ਨਿਵਾਸੀ ਸਨ ਤੇ 1960 ਵਿੱਚ ਉਹ ਭਾਰਤੀ ਫੌਜ ਵਿੱਚ ਅਧਿਕਾਰੀ ਰਹੇ 15 ਸਾਲ ਦੀ ਉਮਰ ਵਿੱਚ ਉਹ ਭਾਰਤੀ ਫੌਜ ਵਿੱਚ ਭਰਤੀ ਹੋਏ ਤੇ ਜੋਧਪੁਰ ਦੇ ਪੂਰਵ ਮਹਾਰਾਜਾ ਗੱਜ ਸਿੰਘ ਦੇ ਕਰੀਬੀ ਮੰਨੇ ਜਾਂਦੇ ਸਨ ਜਸਵੰਤ ਸਿੰਘ ਮਯੂ ਕਾਲਜ ਅਤੇ ਇੰਡੀਅਨ ਮਿਲਟਰੀ ਅਕੈਡਮੀ ਖੜਸਵਾਸਲਾ ਦੇ ਵਿਦਿਆਰਥੀ ਰਹਿ ਚੁੱਕੇ ਹਨ ਉਹ 16 ਮਈ 1996 ਤੋਂ ਲੈ ਕੇ 1996 ਤੋਂ 1 ਜੂਨ 1996 ਦੌਰਾਨ ਅਟਲ ਬਿਹਾਰੀ ਵਾਜਪਈ ਦੀ ਸਰਕਾਰ ਵਿੱਚ ਖਜ਼ਾਨਾ ਮੰਤਰੀ ਰਹਿ ਚੁੱਕੇ ਹਨ 5 ਦਸੰਬਰ 1998 ਤੋਂ 1 ਜੁਲਾਈ 2002 ਦੇ ਦੌਰਾਨ ਉਹ ਵਾਜਪਈ ਸਰਕਾਰ ਦੇ ਵਿੱਚ ਵਿਦੇਸ਼ ਮੰਤਰੀ ਬਣੇ ਸਾਲ 2002 ਦੇ ਵਿੱਚ ਜਸਵੰਤ ਸਿਨਾਉਂ ਉਹਨਾਂ ਦੀ ਜਗ੍ਹਾ ਤੇ ਇੱਕ ਵਾਰ ਫਿਰ ਖਜ਼ਾਨਾ ਮੰਤਰੀ ਬਣੇ ਤੇ ਇਸ ਪਦ ਤੇ 2004 ਤੱਕ ਰਹੇ ਸੋ ਦੋਸਤੋ ਤੁਸੀਂ ਉਹਨਾਂ ਦੀ ਫੋਟੋ ਆਪਣੇ ਫੋਨ ਦੀ ਡਿਸਪਲੇ ਤੇ ਦੇਖ ਸਕਦੇ ਹੋ ਜੀ ਖਜ਼ਾਨਾ ਮੰਤਰੀ ਦੇ ਰੂਪ ਵਿੱਚ ਉਹਨਾਂ ਨੇ ਬਾਜ਼ਾਰ ਹਿੱਤਕਾਰੀ ਸੁਧਾਰਾਂ ਨੂੰ ਬੜਾਵਾ ਦਿੱਤਾ ਉਹ ਆਪ ਨੂੰ ਉਦਾਰਵਾਦੀ ਨੇਤਾ ਮੰਨੇ ਸਨ 2001 ਵਿੱਚ ਉਹਨਾਂ ਨੇ ਸਭ ਤੋਂ ਉੱਤਮ ਸੰਸਦ ਦਾ ਸਨਮਾਨ ਮਿਲਿਆ 2009 ਦੇ ਵਿੱਚ ਭਾਰਤ ਦੀ ਵੰਡ ਬਾਰੇ ਉਹਨਾਂ ਦੀ ਕਿਤਾਬ ਜਨਾ ਇੰਡੀਆ ਪਾਰਟੀਸ਼ਨ ਇੰਡੀਪੈਂਡੈਂਸ ਵਿੱਚ ਨਹਿਰੂ ਪਟੇਲ ਦੀ ਆਲੋਚਨਾ ਅਤੇ ਜਨਾ ਦੀ ਪ੍ਰਸ਼ੰਸਾ ਲਈ ਉਹਨਾਂ ਨੂੰ ਭਾਜਪਾ ਤੋਂ ਬਾਹਰ ਕੱਢ ਦਿੱਤਾ ਗਿਆ ਪਰ ਫਿਰ ਉਹਨਾਂ ਨੂੰ ਵਾਪਸ ਭਾਜਪਾ ਦੇ ਵਿੱਚ ਲੈ ਲਿਆ ਕਿਉਂਕਿ ਉਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬਹੁਤ ਖਾਸ ਮੰਨੇ ਜਾਂਦੇ ਹਨ